Thank you.
Thank you.
Tere
ਤੇਰੀ ਕੋਈ ਨਾ ਪੁੱਛੇ ਤੇਰੀ ਬਾਤ
ਵਾਹਿਗੁਰੂ ਜੀ ਮਨ ਪੈਰਾ ਦਰਸ਼ਨ ਦੇਖਣ ਸਭ ਗਏ ਸਭ ਮੁਕਲਾ ਨਾਨਕ ਤਨ। ਸਵਾਗਤ ਹੈ ਤੁਹਾਡਾ ਆਰਬੀ ਇੰਡੀਆ ਟੀਵੀ ਨਿਊਜ਼ ਦੇ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਸਾਡੇ ਨਕੋਦਰ ਦੇ ਹਲਕਾ ਵਿਧਾਇਕ ਬਿਬਿੰਦਰਜੀਤ ਕੌਰ ਮਾਨ, ਉਹਨਾਂ ਦੇ ਜਿਹੜੇ ਪਤੀ ਪਿਛਲੇ ਦਿਨੀ ਵਿਛੋੜਾ ਦੇ ਗਏ ਸੀਗੇ, ਅੱਜ ਉਹਨਾਂ ਦੀ ਅੰਤਿਮ ਅਰਦਾਸ ਜਿਹੜੇ ਭੋਗ ਪਾਏ ਜਾ ਰਹੇ ਆ। ਔਰ ਜਿਵੇਂ ਤੁਸੀਂ ਦੇਖ ਸਕਦੇ ਆ, ਮੇਰੇ ਪਿੱਛੇ ਜਿਹੜਾ ਪੰਡਾਲ ਲੱਗਾ ਹੋਇਆ ਵਾ, ਪਿੱਛੇ ਜਿਹੜੇ ਗੁਰੂ ਮਹਾਰਾਜ ਦੇ ਜਿਹੜੇ ਕਿ ਕੀਰਤਨ ਚੱਲ ਰਹੇ ਆ। ਔਰ ਉੱਥੇ ਹੀ ਸਾਡੇ ਵਿੱਚ ਇੱਥੇ ਯੰਗ ਸਟੋਰ ਜਿਹੜੀ ਟੀਮ ਹੈ, ਉਹਨਾਂ ਡੋਨਰ ਜਿਹੜੇ ਬੂਟਾਂ ਦੀ ਜਿਹੜੀ ਸੇਵਾ ਕਰ ਰਹੇ ਆ। ਭਾਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਜੀ ਇੱਕ ਕੋਸ਼ਿਸ਼ ਕਰ ਰਹੇ ਹਾਂ ਸਾਰੇ ਉਸਦੇ ਸਹਿਯੋਗ ਨਾਲ, ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਆਪਾਂ ਦੇਖਦੇ ਆਲੇ ਦੁਆਲੇ ਟੈਂਪਰੇਚਰ ਜਿਹੜਾ 48 ਡਿਗਰੀ ਤੋਂ ਪਲੱਸ ਜਾ ਰਿਹਾ ਆ, ਅਤੇ ਆਉਣ ਵਾਲੇ 5 ਸਾਲਾਂ ਤੱਕ ਇਹੀ ਜੇ ਆਪਾਂ ਕੋਸ਼ਿਸ਼ ਨਾ ਕੀਤੀ ਤਾਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਗਾਲਾਂ ਕੱਢੂਗੀਆਂ ਕਿ ਸਾਡੇ ਲਈ ਕੀ ਛੱਡ ਕੇ ਗਏ ਆ। ਅਤੇ ਜੇਕਰ ਅਸੀਂ ਹੁਣ ਇਹ ਟਾਈਮ ਸਾਂਭ ਲਿਆ ਤਾਂ ਉਹ ਆਪਾਂ ਨੂੰ ਦੁਆਵਾਂ ਦੇਣਗੇ ਵੀ ਬਹੁਤ ਵਧੀਆ ਕੰਮ ਕੀਤਾ। ਸੋ ਇਹ ਇਕੱਲਿਆਂ ਦਾ ਸਾਡਾ ਕੰਮ ਨਹੀਂ, ਸਾਰਿਆਂ ਦੇ ਨਾਲ ਮਿਲ ਕੇ ਆ। ਬਾਕੀ ਜਿੱਥੇ ਵੀ ਤੁਹਾਨੂੰ ਫ੍ਰੀ ਬੂਟਿਆਂ ਦੀ ਲੋੜ ਆ, ਸਾਡੀ ਟੀਮ ਤੁਹਾਡੇ ਨਾਲ ਖੜੀ ਆ। ਜਿਹਨੂੰ ਵੀ ਬੂਟੇ ਚਾਹੀਦੇ ਆ, ਪਰ ਸਾਡੇ ਇੱਕੋ ਆ ਕਿ ਬੂਟਾ ਵੇਸਟ ਨਾ ਹੋਵੇ ਅਤੇ ਇੱਧਰ ਉੱਧਰ ਨਾ ਪਿਆ ਹੋਵੇ। ਕਈ ਦੇਖਦੇ ਆਪਾਂ ਫੋਟੋਆਂ ਖਿਚਾਉਂਦੇ ਆ, ਬਾਅਦ 'ਚ ਬੂਟਾ ਕਿਤੇ ਪਿਆ ਹੁੰਦਾ ਅਤੇ ਆਪ ਕਿਤੇ ਪਏ ਹੁੰਦੇ ਆ। ਇਹ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਆ ਆਪਣੇ ਨਾਲ, ਫੋਰੈਸਟ ਡਿਪਾਰਟਮੈਂਟ ਨਕੋਦਰ ਉਹਨਾਂ ਦੀ ਟੀਮ ਪਹੁੰਚੀ ਆ ਇੱਥੇ, ਅਤੇ ਜਿਹੜੇ ਰੇਂਜ ਅਫਸਰ ਆ ਆਪਣੇ ਸਰਦਾਰ ਕਮਲਦੀਪ ਸਿੰਘ, ਉਹਨਾਂ ਵੱਲੋਂ ਇਹ ਬੂਟਿਆਂ ਦੀ ਸੇਵਾ ਸਾਡੀ ਟੀਮ ਦੇ ਨਾਲ ਮਿਲ ਕੇ ਕੀਤੀ ਗਈ ਆ। ਅਤੇ ਅੱਜ ਜਿਵੇਂ ਕਿ ਆਪ ਸਭ ਨੂੰ ਪਤਾ ਆ, ਸਰਦਾਰ ਸ਼ਰਨਜੀਤ ਸਿੰਘ ਜੀ ਦੀ ਡੈਥ ਹੋਈ ਸੀ ਅਤੇ ਉਹਨਾਂ ਦੀ ਜਿਹੜੀ ਅੱਜ ਭੋਗ ਦੀ ਕਿਰਿਆ ਆ, ਸੋ ਉਹਨਾਂ ਦੀ ਯਾਦਗਾਰੀ ਦੇ ਵਿੱਚ ਆਪਣੀ ਟੀਮ ਵੱਲੋਂ ਅਤੇ MLA ਸਾਹਿਬ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਜੀ ਹੁਣਾਂ ਦੇ ਸਹਿਯੋਗ ਨਾਲ ਇਹ ਅੱਜ ਬੂਟਿਆਂ ਦੀ ਸੇਵਾ ਅਸੀਂ ਕਰ ਰਹੇ ਹਾਂ। ਅਤੇ ਤੁਹਾਨੂੰ ਵੀ ਇਹੀ ਮੈਸੇਜ ਹੈ ਕਿ ਤੁਸੀਂ ਵੀ ਵੱਧ ਤੋਂ ਵੱਧ ਬੂਟੇ ਲਾਓ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚੰਗੀ ਮਿਸਾਲ ਕਾਇਮ ਕਰਕੇ ਜਾਓ। ਅਤੇ ਇਹ ਸਾਰੇ ਸਾਡੀ ਟੀਮ ਯੰਗਸਟਰ ਡੋਨਰ ਦੇ ਮੈਂਬਰਾਂ ਨਾਲ ਅਤੇ ਵਣ ਡਿਪਾਰਟਮੈਂਟ ਨਕੋਦਰ ਤੋਂ ਆਪਣੇ ਨਾਲ ਮੌਜੂਦ ਆ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਓ, ਜਿੱਥੇ ਵੀ ਤੁਹਾਨੂੰ ਰੁੱਖਾਂ ਦੀ ਲੋੜ ਆ ਸਾਡੀ ਟੀਮ ਫ੍ਰੀ ਰੁੱਖ ਮੁਹੱਈਆ ਕਰੂਗੀ। ਧੰਨਵਾਦ। ਜਿਵੇਂ ਤੁਹਾਡੇ ਨਾਲ ਕਿਸੇ ਨੇ ਸੰਪਰਕ ਨਾ ਕਿਵੇਂ ਕਰਨਗੇ? ਭਾਜੀ ਸਾਡਾ ਨੰਬਰ ਲਿਖਿਆ ਹੋਇਆ ਵੀ ਹੈ ਬੈਨਰ 'ਤੇ, ਮੈਂ ਤੁਹਾਨੂੰ ਰਿਪੀਟ ਵੀ ਕਰ ਦਿੰਦਾ ਆ, 9777984037 ਇਹ ਮੇਰਾ ਪਰਸਨਲ ਨੰਬਰ ਆ। ਅਤੇ ਬਾਕੀ ਫੇਸਬੁੱਕ, ਇੰਸਟਾਗ੍ਰਾਮ ਅਤੇ ਟੀਮ ਯੰਗਸਟਰ ਡੋਨਰ ਦੇ ਨਾਂ 'ਤੇ ਪੇਜ ਆ, ਤੁਸੀਂ ਉੱਥੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਅਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਰਿਕੁਐਸਟ ਕਰੂੰਗਾ, ਨੰਬਰ ਜ਼ਰੂਰ ਦੇ ਦਿਓ ਅਤੇ ਸਾਡੇ ਨਾਲ ਟਾਈ ਅਪ ਕਰ ਸਕਦੇ ਆ। ਸਿਰਫ ਆਪਣਾ ਵਾਤਾਵਰਣ ਦੇ ਨਾਲ ਹੀ ਨਹੀਂ, ਬਲਕਿ ਜਿੱਥੇ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਆ ਉੱਥੇ ਵੀ ਆਪਣੀ ਟੀਮ ਉਹਨਾਂ ਨਾਲ ਕੱਢਦੀ ਆ। ਹੋਰ ਵੀ ਜਿਹੜੀਆਂ ਸਮਾਜਿਕ ਗਤੀਵਿਧੀਆਂ ਅਸੀਂ ਟਾਈਮ ਟਾਈਮ 'ਤੇ ਕਰਵਾਉਂਦੇ ਰਹਿੰਦੇ ਹਾਂ। ਸਾਡਾ ਸਿਰਫ ਪੂਰੇ ਸੰਸਾਰ ਨੂੰ ਇਹੀ ਮੈਸੇਜ ਆ ਕਿ ਇਕੱਲਾ ਮਨੁੱਖ ਜਿਹੜਾ ਉਹ ਕੁਛ ਨਹੀਂ ਕਰ ਸਕਦਾ, ਜੇਕਰ ਆਪਾਂ ਸਾਰੇ ਮਿਲ ਕੇ ਕੁਛ ਕਰੀਏ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਕੁਛ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ, ਥੈਂਕ ਯੂ।
ਪਿਆਰੀ ਸਾਧ ਸੰਗਤ ਜੀ ਆਪਾਂ ਅਰਦਾਸ ਕਰੀਏ ਸਪਾਤਾ ਨਾਮ ਵਾਹਿਗੁਰੂ ਜੀ ਦੇ ਆ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਜੀ ਸਹਾਇ ਵਾਰ ਸ੍ਰੀ ਗੁਰੂ ਗੋਬਿੰਦ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਗੋਬੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਰੰਗਤ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਹੁ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਮੁਖ ਜਾਏ ਤੇਗ ਬਹਾਦਰ ਸਿੰਘ ਹੈ ਘਰ ਨਾਮ ਨਿਧਿਆ ਵਾਹੇ ਸਭ ਤਾਈ ਸੁਹਾਏ ਦਸਵੇਂ ਪਾਤਸ਼ਾਹ ਸਾਹਿਬ ਸਿੰਘ ਗੋਬਿੰਦ ਸਿੰਘ ਮਹਾਰਾਜ ਜੀ ਸਭ ਤਾਈ ਸੁਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਾ ਵਾਹਿਗੁਰੂ ਵਾਹਿਗੁਰੂ ਪੰਜਾਬ ਦੇ ਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਸਵਾਸਾ ਸੰਗਤ ਵਾਹੀ ਜਨਾਬ ਦੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹ ਜੀ ਬੜਾ ਵਾਹਿਗੁਰੂ ਵਾਹਿਗੁਰੂ ਪੰਜਾਂ ਤੱਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ ਵਾਹਿਗੁਰੂ ਪ੍ਰਥਮਾਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਸਿਖਾ ਸਿਖਾ ਦਾ ਜਾਰੀ ਹੱਤਾ ਦੀ ਬਖਸ਼ਿਸ਼ ਕਰਾਇਆ ਇਹ ਤੁਹਾਨੂੰ
ਅਰਦਾਸ ਹੈ ਸਤਿਗੁਰ ਨੇ ਆਪੀ ਦਾ ਤੁਮਨ ਹੈ ਜਿਹਾ ਜੀਵਨ ਲਿਖੇ ਆ ਦੇਹਾ ਹੁਕਮਾਏ ਕੱਲੇ ਆਪਿਤਾ ਸਤਿਗੁਰ ਕੀ ਜਾਹਦੇ ਮਹਾਂ ਆਏ 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 ਉਹ ਬੱਸ ਦੇ ਲਾਗੇ ਲੈ ਜਾਓ ਪਾਰਟੀਆਂ ਦਾ ਮੰਗਾਇਆ ਲੈਣਾ ਇੱਥੇ ਰੋਮਾਚੀ ਬਾਣ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ ਅੰਬੀ ਵਜਾ ਡੂੜੀ ਰੋਮਾਚੀ ਬਾਣ ਕੀ ਨਾ ਸੁਣੀਏ ਗੁਰਬਾਈ ਗਠੜੀ ਅਬ ਗੁਣ ਚੱਲੀ ਪਨ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਪਾਵੇ ਨਾਨਕਾ ਸਾਈਂ ਗੱਲ ਚੰਗੀ ਜੋਤ ਸੁਪਾਵੇ ਨਾਨਕਾ ਸਾਈਂ ਗੱਲ ਚੰਗੀ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰੱਖੋ ਮਹੱਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰੱਖੀ ਘੱਟ ਘੱਟ ਸਬਦ ਸੁਭਾਖੀ ਗਣ ਸਬਨੀ ਥਾਈ ਰਾਮ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਣਾਈ ਜਿਨ੍ਹਾਂ ਨੇ ਆਪ ਜੀ ਨੂੰ ਸ਼ਬਦ ਨਾਲ ਜੋੜਿਆ ਹੈ
ਹੁਣ ਅਗਲਾ ਪ੍ਰੋਗਰਾਮ ਕਰਨਾ ਖੰਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਤੂੰ ਕਦੋਂ ਜਾਣਾ ਕਿਵੇਂ ਜਾਣਾ ਕਿੱਥੇ ਜਾਣਾ ਕੋਈ ਨਹੀਂ ਜਾਣ ਸਕਿਆ ਕਿਸੇ ਨੂੰ ਨਹੀਂ ਪਤਾ ਕਿਸ ਸਮੇਂ ਮੌਤ ਆਉਣੀ ਆ ਕਿੱਥੇ ਆਉਣੀ ਆ ਤੇ ਕਦੋਂ ਆਉਣੀ ਹੈ ਅਸਲ ਵਿੱਚ ਦੁਨੀਆਂ ਦੇ ਹਰ ਧਰਮ ਨੇ ਮੌਤ ਦੀ ਫਿਲਾਸਫੀ ਤੇ ਬਹੁਤ ਕੁਛ ਲਿਖਿਆ ਬਹੁਤ ਕੁਛ ਲਿਖਿਆ ਮੌਤ ਦੀ ਫਿਲਾਸਫੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਵਿਖੇ ਚਾਂਦਨੀ ਚੌਂਕ ਵਿਖੇ ਸ਼ਹੀਦ ਹੋਣ ਤੋਂ ਪਹਿਲੇ ਨੌਵੇਂ ਮਹੱਲੇ ਦੇ ਸਲੋਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਤ ਵਿੱਚ ਦਰਜ ਕੀਤੇ ਗਏ ਉਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਮੌਤ ਨੇ ਤਾਂਡਵ ਨਾਚ ਨੱਚਿਆ ਜਿਹੜੇ ਤੁਹਾਡੇ ਹੋਰ ਫਾਦਰ ਸਨ ਤਿੰਨ ਚਾਰ ਪੀੜ੍ਹੀਆਂ ਪਹਿਲਾਂ ਪਤਾ ਕੀ ਕਹਿੰਦੇ ਸਨ ਅੱਜ ਫਲਾਨੇ ਘਰ ਅਖੰਡ ਪਾਠ ਸਾਹਿਬ ਦਾ ਸਹਿਜ ਪਾਠ ਦਾ ਭੋਗ ਪੈਣਾ ਮੈਂ ਉੱਥੇ ਜਾਣਾ ਸਭ ਝੂਠ ਹੈ ਜਾਣਦੇ ਹੋ ਰਹੇ ਮੀਤ ਕਹਿ ਨਾਨਕ ਫਿਰ ਨਾ ਰਹੇ ਜੋ ਬਾਲੂ ਕੀ ਜਿਵੇਂ ਰੇਤ ਦੀ ਕੰਧ ਹੈ ਸੰਸਾਰੇ ਹੋ ਜਾਏ ਜੈਸੇ ਜਲ ਤੇ ਬੁਦਬੂ ਦਾ ਉਪਜੈ ਇਨਸਾਨੀ ਜਗ ਰਚਨਾ ਤੈਸੇ ਰਚੀ ਕਹ ਨਾਨਕ ਸੁਖ ਕਿਸੇ ਨੇ ਪਾਣੀ ਦੇ ਬੁਲਬੁਲ ਦੇ ਨਾਲ ਕਿਤੇ ਬੱਦਲ ਦੀ ਨਿਆਈ ਸਤਿਗੁਰੂ ਨੇ ਦੱਸਿਆ ਜਿਵੇਂ ਬੱਦਲ ਦੀ ਸ਼ਾਮ ਹੁਣ ਹੈਗੀ ਹੈ ਥੋੜੇ ਸਮੇਂ ਤੱਕ ਨਹੀਂ ਹੋਣੀ ਕਿਤੇ ਰਾਤ ਦੇ ਸੁਪਨੇ ਨਾਲ ਤੁਰਨੀ ਹੁੰਦੀ ਹੈ ਪਾਵਨ ਗੁਰਬਾਣੀ ਨੇ ਜਿਵੇਂ ਰਾਤ ਨੂੰ ਸੁਪਨਾ ਤੁਸੀਂ ਕੁਛ ਵੇਖਦੇ ਹੋ ਸਵੇਰੇ ਕੁਛ ਹੁੰਦਾ ਅਸਲ ਵਿੱਚ ਕਿੱਡੇ ਸਿਆਣੇ ਸਨ ਸਾਡੇ ਹੋਰ ਫਾਦਰ ਧੀ ਰਾਣੀ ਹੈ ਮੈਂ ਜੀਵਨ ਦਾ ਸੱਚ ਸੁਣਨ ਜਾਣਾ ਨੌਵੇਂ ਮਹੱਲੇ ਦੇ ਸਲੋਕ ਸੁਣਨੇ ਇਸ ਵੇਲੇ ਨਹੀਂ ਆਉਣਾ ਕੱਚੇ ਕੋਠਿਆਂ ਵਿੱਚ ਅਸੀਂ ਬੈਠ ਕੇ ਗਏ ਪੁਰਾਣੇ ਨੂੰ ਯਾਦ ਕਰ ਪੈਣਾ ਮੈਂ ਬੇਨਤੀ ਕਰਾਂ ਸਰਦਾਰ ਸ਼ਮਜੀਤ ਸਿੰਘ ਜੀ ਮਹਾਰਾਜ ਸਾਡੇ ਵਿੱਚ ਨਹੀਂ ਸਾਰੀਆਂ ਜ਼ਿੰਮੇਵਾਰੀਆਂ ਪਹਿਲਾਂ ਹੀ 40 ਸਾਲ ਤੋਂ ਵਿਦੇਸ਼ ਵਿੱਚ ਰਹਿ ਕੇ ਚਾਰ ਦਹਾਕੇ ਥੋੜੇ ਨਹੀਂ ਹੁੰਦੇ ਸਾਡੀ ਮਨਯੋਗ ਭੈਣ ਬੀਬੀ ਇੰਦਰ ਕੌਰ ਇੰਦਰਜੀਤ ਕੌਰ ਜੀ ਮਾਨ ਜਿਹਨਾਂ ਤੇ ਸਮੁੱਚਾ ਘਰ ਦਾ ਬੋਝ ਸਮੁੱਚੇ ਜ਼ਿੰਮੇਵਾਰੀਆਂ ਪਰ ਜਦੋਂ ਤੋਂ ਇਹ ਵਿਧਾਇਕ ਬਣੇ MLA ਬਣੇ ਉਦੋਂ ਤੋਂ ਕਹਿੰਦੇ ਹੁਣ ਨਹੀਂ ਹੁਣ ਤੇ ਬਹੁਤ ਵੱਡਾ ਬੋਝ ਹੋ ਗਿਆ ਤੁਸੀਂ ਤੇ ਪਹਿਲੀ ਬੜੀ ਜ਼ਿੰਮੇਵਾਰੀ ਚੁੱਕੀ ਹੁੰਦੇ ਸੀ ਹੁਣ ਮੈਂ ਤੁਹਾਡੇ ਕੋਲ ਲਿਖਿਆ ਸਤਿਗੁਰੂ ਨੇ ਬੜਾ ਮਾਨ ਤਾਂ ਪ੍ਰਵਾਨ ਦਿੱਤਾ ਇਸ ਮਾਨ ਪ੍ਰਵਾਨ ਪਰ ਅੱਜ ਮੈਂ ਵੇਖ ਰਿਹਾ ਜਦੋਂ ਬੇਟੇ ਅਮਨਦੀਪ ਨੂੰ ਮੈਂ ਵੇਖਿਆ ਨਾ ਮੇਰੇ ਮਨ ਵਿੱਚੋਂ ਇੱਕ ਰੂਪ ਜਿਹੀ ਨਿਕਲ ਗਈ ਸੀ ਕਿੱਡੀਆਂ ਜ਼ਿੰਮੇਵਾਰੀਆਂ ਛੱਡ ਕੇ ਚਲੇ ਗਏ ਇਸ ਬੇਟੇ ਤੇ ਸਾਡੀ ਇਸ ਭੈਣ ਤੇ ਅੱਜ ਜਦੋਂ ਭੈਣ ਉਸ ਕਮਰੇ ਵੱਲ ਨੂੰ ਵੀ ਜਾਂਦੀ ਹੈ ਇੱਕ ਹਾਂ ਇੱਕ ਭੂਖ ਆਉਂਦੀ ਅੰਦਰ ਤੋਂ ਅਜੇ ਕੱਲ੍ਹ ਦੇਖਦੇ ਸੀ ਰਾਤ ਬੜੇ ਸੋਹਣੇ ਸੀ ਅੱਜ ਸਵੇਰੇ ਕੀ ਹੋ ਗਿਆ ਜੋ ਦਿਨ ਆਵੇ ਸੋ ਦਿਨ ਜਾਵੇ ਕਰਨਾ ਕੁਚ ਰਹਿਣ ਫਿਰਨਾ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਮੌਤ ਤੇ ਹਮੇਸ਼ਾ ਹੁੰਦੀ ਹੈ ਬਾਬਾ ਫਰੀਦ ਪਤਾ ਕੀ ਕਹਿੰਦੇ ਹੋਰ ਨਿਵਾਣੀ ਛੱਡ ਕਰੇ ਨਿਕਰਿਆ ਘਰ ਆਓ ਸਭ ਪਰ ਮੈਥੇ ਆਪਣਾ ਮੈਥੋਂ ਨਟ ਲਿਆਓ ਕਹਿੰਦੇ ਜਦੋਂ ਮੈਂ ਸ਼ਮਸ਼ਾਨ ਭੂਮੀ ਕੋਲ ਦੀ ਲੰਘਦਾ ਕਬਰਸਤਾਨ ਕੋਲ ਦੀ ਲੰਘਦਾ ਤੇ ਮੈਨੂੰ ਲੱਗਦਾ ਹੈ ਕਬਰਾਂ ਮੈਨੂੰ ਆਵਾਜ਼ਾਂ ਮਾਰਦੀਆਂ ਤੂੰ ਆ ਜਾ ਤੇਰਾ ਪੱਕਾ ਘਰ ਇੱਥੇ ਹੈ ਤੂੰ ਇੱਥੇ ਰਹਿਣਾ ਗੋਰ ਨੇ ਬਾਣੀ ਛੱਡ ਕਰੇ ਨਿਕਰਿਆ ਘਰ ਆਓ ਸਰ ਪਰ ਮੈਂ ਤੇ ਆਪਣਾ ਮੈਂ ਤੁਹਾਨੂੰ ਕਿਉਂ ਡਰਦਾ ਤੈਨੂੰ ਪਤਾ ਨੀ ਤੂੰ ਤਾਂ ਕਿਤੇ ਘਰ ਥੋੜ ਬਣਾ ਕੇ ਬੈਠਾ ਮੇਰਾ ਅਸਲੀ ਘਰ ਇਹ ਆ
ਕਿਤੇ ਬਾਬਾ ਫਰੀਦ ਸਾਹਿਬ ਨੇ ਕਹਿੰਦੇ ਜਿਵੇਂ ਦਾ ਦਰਿਆ ਦੇ ਵਿੱਚ ਇੱਕ ਉੱਚਾ ਟਿੱਬਾ ਹੁੰਦਾ ਹੈ, ਜਿਹੜਾ ਟਿੱਬਾ ਉੱਚਾ ਹੁੰਦਾ ਨਾ ਉਹ ਟਿੱਬੇ ਨੂੰ ਪਤਾ ਨੀ ਹੁੰਦਾ ਕਿਉਂਕਿ ਪਾਣੀ ਦੀ ਕਾਂਗ ਆਉਣੀ ਹੈ ਤੇ ਰੇਤ ਸਾਰੀ ਫੜਕੇ ਪਤਾ ਨੀ ਕਿੱਥੇ ਚਲੇ ਜਾਣੀ। ਦਰਿਆ ਦਾ ਉੱਚਾ ਪਾਸਾ ਇਸ ਤਰ੍ਹਾਂ ਹੈ, ਮੌਤ ਬਹੁਤ ਨੇੜੇ ਹੈ ਮੌਤ। ਅੱਜ ਤੁਸੀਂ ਸਾਡੀ ਇਸ ਭੈਣ ਨੂੰ, ਸਾਡੇ ਇਸ ਬੱਚੇ ਨੂੰ ਧਾਰਸ ਦੇਣ ਆਏ ਹੋ, ਹੌਸਲਾ ਦੇਣ ਆਏ ਹੋ, ਠੁੰਮਣਾ ਦੇਣ ਆਏ ਹੋ, ਸਹਾਰਾ ਦੇਣ ਆਏ ਹੋ। ਪਰ ਪਾਵਨ ਗੁਰਬਾਣੀ ਨੇ ਸਹਿਜ ਪਾਠ ਦੇ ਭੋਗ ਘਰ ਵਿੱਚ ਪਾਏ ਗਏ। ਉਸ ਤੋਂ ਬਾਅਦ ਭਾਈ ਗਗਨਦੀਪ ਸਿੰਘ ਸ੍ਰੀ ਗੰਗਾ ਨਗਰ ਵਾਲੇ ਬੜਾ ਰਸ ਨਾਲ ਕੀਰਤਨ ਬੜੇ ਸੁਰੀਲੇ ਕੰਠ ਦੇ ਨਾਲ ਸਾਨੂੰ ਸਰਵ ਨੂੰ ਕਰਵਾ ਕੇ ਗਏ ਨੇ। ਤੁਸੀਂ ਸਾਰੇ ਆਏ ਹੋ, ਸਾਰੇ ਉਹਨਾਂ ਦੇ ਸਾਥੀ ਐਮਐਲਏ ਸਾਹਿਬਾਨ, ਵਜ਼ੀਰ ਸਾਹਿਬਾਨ ਆਏ ਹੋ, ਪਿੰਡਾਂ ਦੀ ਸੰਗਤ ਆਏ ਹੋ, ਹਲਕੇ ਦੀ ਸਾਰੀ ਸੰਗਤ ਆਏ ਹੋ, ਪਿੰਡ ਦੇ ਪਿਆਰੇ ਪਿਆਰੇ ਸੱਜਣ ਆਏ ਹੋ। ਅੱਜ ਉਹ ਸਾਡੇ ਵੀਰ ਸ਼ਰਨਜੀਤ ਸਿੰਘ ਹੋਰਾਂ ਨੂੰ ਯਾਦ ਕਰਦਾ ਹੈ। ਮਾਨ ਪਰਿਵਾਰ ਤੋਂ ਵੱਡਾ ਕਹਿਰ ਇਕੱਠਾ, ਬਹੁਤ ਵੱਡਾ ਕਹਿਰ। ਇਸ ਮੌਕੇ ਤੇ ਤੁਹਾਡਾ ਸਹਾਰਾ ਸਾਨੂੰ ਤੁਰਨ ਫਿਰਨ ਦੇ ਲਾਇਕ ਕਰ ਜਾਏਗਾ। ਅਸੀਂ ਫਿਰ ਥੋੜ੍ਹਾ ਤੁਰ ਸਕਾਂਗੇ, ਸਮਾਜ ਵਿੱਚ ਬੈਠ ਸਕਾਂਗੇ, ਕਿਉਂਕਿ ਜਦੋਂ ਕੋਈ ਆਪਣੇ ਦਾ ਸਹਾਰਾ ਮਿਲਦਾ ਹੈ ਨਾ ਤਾਂ ਬਹੁਤ ਚੰਗਾ ਲੱਗਦਾ ਹੈ, ਜੋ ਕੋਈ ਦੁੱਖ ਵੇਲੇ ਆਉਂਦਾ। ਸੋ ਤੁਸੀਂ ਸਾਰੇ ਆਏ ਹੋ, ਉਹਨਾਂ ਨੂੰ ਅਕੀਦਤ ਸ਼ਰਧਾ ਅਤੇ ਪਿਆਰ ਪੇਸ਼ ਕਰਨਾ। ਸਭਨਾਂ ਦਾ ਦਿਲ ਦੀਆਂ ਗਹਿਰਾਂ ਨੇ ਧੰਨਵਾਦ ਕਰਦਾ। ਤੁਸੀਂ ਸਾਡੇ ਦੁੱਖ ਦੇ ਸ਼ਾਮ ਦਾ ਹੁਣ ਆਏ, ਹਸਤੀਆਂ ਬੈਠੀਆਂ ਨੇ, ਕੇਵਲ ਇੱਕ ਦੋ ਸੱਜਣ ਬੋਲਣਗੇ, ਕਿਉਂਕਿ ਗਰਮੀ ਬਹੁਤ ਲੰਬਾ ਸਮਾਂ ਨਹੀਂ ਬਿਠਾਵਾਂਗਾ। ਜਿਹੜੀਆਂ ਸਤਿਕਾਰਤ ਹਸਤੀਆਂ ਆਈਆਂ ਨੇ ਮੈਂ ਉਹਨਾਂ ਦੇ ਨਾਮ ਪੜ੍ਹਨਾ ਸਾਂਝੇ ਕਰਾਂਗਾ, ਕਿਉਂਕਿ ਸਾਰਿਆਂ ਦੇ ਨਾਂ ਤੇ ਸਾਂਝੇ ਨਹੀਂ ਕੀਤੇ ਜਾ ਸਕਦੇ। ਤੁਸੀਂ ਸਾਡੇ ਸਾਰੇ ਸਿਰ ਮੱਥੇ ਤੋਂ ਜਿਸ ਦਿਨ ਤੋਂ ਸਰੀਰ ਕਰਕੇ ਗਏ ਨੇ ਮਾਨ ਸਾਹਿਬ, ਤੁਸੀਂ ਉਸੇ ਦਿਨ ਤੋਂ ਲਗਾਤਾਰ ਹੀ ਸਾਡੇ ਦੁੱਖ ਵਿੱਚ ਸ਼ਾਮਿਲ ਹੋਏ। ਲਗਾਤਾਰ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਉਸੇ ਵੇਲੇ ਤੋਂ, ਉਸੇ ਸਮੇਂ ਤੋਂ ਲੈ ਕੇ ਸੰਗਤ ਵਿੱਚ ਮੰਨਜੋ ਸਾਡੇ ਕੈਬਨਿਟ ਮੰਤਰੀ ਸਰਬਜੀਤ ਸਿੰਘ ਜੀ, ਸਿਹਤ ਮੰਤਰੀ ਸਾਹਿਬ ਤੋਂ ਕਟਾਰੂ ਖੱਟ ਜੀ ਮਾਨਯੋਗ ਮੰਤਰੀ ਸਾਹਿਬ ਹਾਜ਼ਰ ਹੋਏ ਨੇ, ਸ਼੍ਰੀ ਦੇਵਮਾਨ ਐਮਐਲਏ ਨਾਭਾ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਪਣਾ ਰਾਜਪੁਰ ਤੋਂ ਨੀਨਾ ਮਿੱਤਲ ਜੀ ਐਮਐਲਏ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਸ਼੍ਰੀਮਤੀ ਰਜਿੰਦਰ ਕੌਰ ਸ਼ੀਨਾ ਐਮਐਲਏ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ। ਬੀਬੀ ਜੀਵਨਜੋਤ ਕੌਰ ਜੀ ਅੰਮ੍ਰਿਤਸਰ ਤੋਂ ਐਮਐਲਏ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਪਣਾ। ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਬਲਾਚੌਰ ਤੋਂ ਐਮਐਲਏ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ। ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆ ਖੇਤੀਬਾੜੀ ਮੰਤਰੀ ਸਾਹਿਬ ਮਾਨਯੋਗ ਹਾਜ਼ਰ ਹੋਏ ਨੇ, ਜੀ ਆਇਆ ਆਖਦਾ। ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਾਹਿਬ ਮਾਨਯੋਗ ਕੈਬਨਿਟ ਮੰਤਰੀ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਖਦਾ ਜੀ। ਪਰਿਵਾਰ ਦੇ ਨਾਲ ਬਹੁਤ ਸਾਰੇ ਸੱਜਣ ਸਰਕਾਰ ਵੱਲੋਂ ਵੀ ਪਹਿਲਾਂ ਵੀ ਉਸ ਸਮੇਂ ਤੋਂ ਲਗਾਤਾਰ ਪਰਿਵਾਰ ਵਿੱਚ ਆ ਰਹੇ ਨੇ। ਸਰਦਾਰ ਗੁਰਦਾਰ ਸਿੰਘ ਸੰਧਵਾਂ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਸਤਿਕਾਰਯੋਗ ਨੇ, ਹੋ ਕੇ ਗਏ ਨੇ। ਮਾਨਯੋਗ ਡਾਕਟਰ ਅਮਨਦੀਪ ਕੌਰ ਜੀ ਐਮਐਲਏ ਮੋਗਾ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ। ਐਮਐਲਏ ਸਰਦਾਰ ਮਨਜੀਤ ਸਿੰਘ ਜੀ ਬਿਲਾਸਪੁਰ ਨਿਆਲ ਸਿੰਘ ਵਾਲਾ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ। ਹੁਣੇ ਹੋਏ ਸੰਤ ਬਾਬਾ ਬਲਵੀਰ ਸਿੰਘ ਜੀ ਸਿੱਚੇਵਾਲ ਵਾਲੇ ਵਾਤਾਵਰਨ ਪ੍ਰੇਮੀ ਮਾਨਯੋਗ ਮੈਂਬਰ ਪਾਰਲੀਮੈਂਟ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਖਦਾ। ਮਾਨਯੋਗ ਸ਼੍ਰੀ ਜਮਾਲੂਦੀਨ ਜੀ ਮਲੇਰਕੋਟਲੇ ਤੋਂ ਐਮਐਲਏ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਖਦਾ। ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਗੀ ਲੁਧਿਆਣੇ ਤੋਂ ਐਮਐਲਏ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿਨਾਂ ਜੀ ਆਇਆ ਆਖਦਾ। ਮਾਨਯੋਗ ਐਮਐਲਏ ਸ਼੍ਰੀ ਅਸ਼ੋਕ ਪੱਪੀ ਜੀ ਪਾਤਸ਼ਾਹ ਜੀ ਲੁਧਿਆਣੇ ਤੋਂ ਹਾਜ਼ਰ ਹੋਏ ਨੇ, ਜੀ ਆਇਆ ਆਖਦਾ।
ਮਨਜੋਤ ਸਾਹਿਬ ਮਨਪ੍ਰੀਤ ਸਿੰਘ ਜੀ ਇਆਲੀ ਐਮ ਐਲ ਏ ਦਾਖਾ ਉਹ ਵੀ ਉੱਥੇ ਗਏ ਨੇ ਜੀ ਆਇਆ ਆਖਦਾ ਮਨਯੋਗ ਐਕਸ ਐਮ ਐਲ ਏ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਉੱਥੇ ਗਏ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਹੈ ਮਾਨਯੋਗ ਸਰਦਾਰ ਅਜੀਤ ਪਾਲ ਸਿੰਘ ਜੀ ਕੋਹਲੀ ਐਮ ਐਲ ਏ ਪਟਿਆਲਾ ਹਾਜ਼ਰ ਹੋ ਕੇ ਗਏ ਨੇ ਇਹ ਸਾਡੀ ਦੁੱਖ ਦੀ ਘੜੀ ਵਿੱਚ ਸਤਿਕਾਰ ਦਿੰਦਾ ਹੈ ਮਾਨਯੋਗ ਬੀਬੀ ਰਾਜਵਿੰਦਰ ਕੌਰ ਜੀ ਭੁੱਲਰ ਨੂਰਮਹਿਲ ਤੋਂ ਐਕਸ ਐਮ ਐਲ ਏ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਮਾਨਯੋਗ ਸ਼੍ਰੀ ਸੁਖਿੰਦਰ ਕੋਟਲੀ ਜੀ ਆਦਮਪੁਰ ਤੋਂ ਐਮ ਐਲ ਏ ਨੇ ਹਾਜ਼ਰ ਹੋ ਕੇ ਗਏ ਨੇ ਜੀ ਆਇਆ ਆਖਦਾ ਐਮ ਐਲ ਏ ਫਿਲੌਰ ਤੋਂ ਸ਼੍ਰੀ ਵਿਕਰਮ ਸਿੰਘ ਚੌਧਰੀ ਸਾਹਿਬ ਫਿਲੌਰ ਤੋਂ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਐਮ ਐਲ ਏ ਸਾਹਿਬ ਸ਼੍ਰੀ ਮਤੀ ਕਰਮਜੀਤ ਕੌਰ ਜੀ ਚੌਧਰੀ ਸਤਿਕਾਰਯੋਗ ਸਾਡੇ ਆਗੂ ਨੇ ਸ਼੍ਰੀ ਨਰੇਸ਼ ਕਟਾਰੀਆ ਜੀ ਐਮ ਐਲ ਏ ਜੀਰੋ ਤੋਂ ਹਾਜ਼ਰ ਹੋਏ ਨੇ ਮਾਨਯੋਗ ਸਰਦਾਰ ਬਲਕਾਰ ਸਿੰਘ ਜੀ ਮੰਤਰੀ ਕੈਬਨਿਟ ਮੰਤਰੀ ਸਾਹਿਬ ਜਲੰਧਰ ਤੋਂ ਹਾਜ਼ਰ ਹੋਏ ਨੇ ਸਤਿਕਾਰ ਦਿੰਦਾ ਜੀ ਆਇਆ ਆਖਦਾ ਸਰ ਰਪਿੰਦਰ ਸਿੰਘ ਜੀ ਹੈਪੀ ਬੱਬੀ ਐਮ ਐਲ ਏ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਐਮ ਐਲ ਏ ਸਾਹਿਬ ਕੁਲਜੀਤ ਸਿੰਘ ਜੀ ਰੰਧਾਵਾ ਡੇਰਾ ਬੱਸੀ ਤੋਂ ਐਮ ਐਲ ਏ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਰਦਾਰ ਮੰਗਲ ਸਿੰਘ ਜੀ ਧਾਮੀ ਚੇਅਰਮੈਨ ਸਾਹਿਬ ਮਾਸੀ ਸਾਹਿਬ ਚੇਅਰਮੈਨ ਸਾਹਿਬ ਹਾਜ਼ਰ ਹੋਏ ਨੇ ਸਰ ਦਰਸ਼ਨ ਸਿੰਘ ਜੀ ਟਾਹਲੀ ਚੇਅਰਮੈਨ ਸਾਹਿਬ ਹਾਜ਼ਰ ਹੋਏ ਨੇ ਬੀਬੀ ਰਾਜਵਿੰਦਰ ਕੌਰ ਜੀ ਹਲਕਾ ਕੈਂਟ ਤੋਂ ਇੰਚਾਰਜ ਨੇ ਚੇਅਰਮੈਨ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸ਼੍ਰੀ ਚੰਦਨ ਗਰੇਵਾਲ ਜੀ ਚੇਅਰਮੈਨ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਮਨਯੋਗ ਸਰ ਨਵਜੀਤ ਸਿੰਘ ਜੀ ਜਿੰਦਾ ਹਾਜ਼ਰ ਹੋਏ ਨੇ ਚੇਅਰਮੈਨ ਸਾਹਿਬ ਜੀ ਆਇਆ ਆਖਦਾ ਸਰਦਾਰ ਸੁਰਿੰਦਰ ਸਿੰਘ ਜੀ ਸੋਢੀ ਮਨਯੋਗ ਓਲੰਪੀਅਨ ਨੇ ਸਾਡੇ ਬੜੇ ਸਤਿਕਾਰਯੋਗ ਨੇ ਪਾਰਟੀ ਦੇ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸ਼੍ਰੀ ਸਟੀਫਨ ਕਲੇਰ ਜੀ ਹਾਜ਼ਰ ਹੋਏ ਨੇ ਸਰ ਚਰਨਜੀਤ ਸਿੰਘ ਜੀ ਚੰਨੀ ਜਲੰਧਰ ਤੋਂ ਉਚੇਚੇ ਤੌਰ ਤੇ ਹੋ ਕੇ ਗਏ ਨੇ ਸਰ ਪ੍ਰਵਿੰਦਰ ਸਿੰਘ ਜੀ ਪੰਡੋਰੀ ਹਲਕਾ ਸ਼ਾਹਕੋਟ ਹੋ ਕੇ ਗਏ ਨੇ ਦੀਪਕ ਬਾਲੀ ਜੀ ਜਲੰਧਰ ਤੋਂ ਹਾਜ਼ਰ ਨੇ ਸਤਿਕਾਰ ਦਿੰਦਾ ਜੀ ਆਇਆ ਆਖਦਾ ਮਨਯੋਗ ਐਮ ਐਲ ਏ ਸਾਹਿਬ ਸ਼੍ਰੀ ਰਮਨ ਅਰੋੜਾ ਜੀ ਜਲੰਧਰ ਤੋਂ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਮਨਯੋਗ ਸਾਬਕਾ ਮੰਤਰੀ ਸਾਹਿਬ ਅਮਨਜੀਤ ਸਿੰਘ ਜੀ ਸਵਰਾ ਸੰਗਤ ਵਿੱਚ ਬੈਠੇ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਜੀ ਤੀਨੋ ਉਹ ਵੀ ਸੰਗਤ 'ਚ ਬੈਠੇ ਨੇ ਬੜੀ ਸਤਿਕਾਰਤ ਹਸਤੀ ਨੇ ਸਰ ਹਰਜੀਤ ਸਿੰਘ ਜੀ ਪਠਾਨ ਮਾਜਰਾ ਮਨਯੋਗ ਐਮ ਐਲ ਏ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਰਦਾਰ ਰਜੀਤ ਸਿੰਘ ਜੀ ਰਾਏ ਸਰਹੰਦ ਤੋਂ ਮਨਯੋਗ ਐਮ ਐਲ ਏ ਨੇ ਹਾਜ਼ਰ ਹੋਏ ਨੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆ ਐਮ ਐਲ ਏ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸ਼੍ਰੀ ਰਮਨ ਅਰੋੜਾ ਜੀ ਮਨਯੋਗ ਕੈਬਨਿਟ ਮੰਤਰੀ ਬੜੀ ਸਤਿਕਾਰਯੋਗ ਨੇ ਸੰਗਤ ਵਿੱਚ ਹਾਜ਼ਰ ਬੈਠੇ ਨੇ ਸਰ ਜਗਰੂਪ ਸਿੰਘ ਜੀ ਜਨਰਲ ਸੈਕਟਰੀ ਆਮ ਆਦਮੀ ਪਾਰਟੀ ਹਾਜ਼ਰ ਹੋਏ ਨੇ ਸਰ ਜਸਵੀਰ ਸਿੰਘ ਜੀ ਮੱਲੀ ਚੇਅਰਮੈਨ ਸਾਹਿਬ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਧਾਰਮਿਕ ਹਸਤੀਆਂ ਵਿੱਚ ਬੜੀ ਸਤਿਕਾਰਤ ਹਸਤੀ ਸਤਿਕਾਰ ਜੀ ਬਾਬਾ ਚਰਨਦਾਸ ਜੀ ਗੋਪਾਲ ਨਗਰ ਜਲੰਧਰ ਵਾਲੇ ਬੜੀ ਪਿਆਰ ਕਰਦੇ ਨੇ ਪਰਿਵਾਰ ਦੇ ਨਾਲ ਹਮੇਸ਼ਾ ਸਨੇਹ ਰੱਖਦੇ ਨੇ ਉਸ ਦਿਨ ਤੋਂ ਲਗਾਤਾਰ ਪਰਿਵਾਰ ਨਾਲ ਉਹਨਾਂ ਨੇ ਸੰਪਰਕ ਬਣਾ ਕੇ ਰੱਖਿਆ ਹੋਇਆ ਇਸੇ ਇਲਾਕੇ ਦੀ ਬੜੀ ਸਤਿਕਾਰਤ ਹਸਤੀ ਸਵਾਮੀ ਪ੍ਰਗਟ ਨਾਥ ਜੀ ਸੰਗਤ ਵਿੱਚ ਹਾਜ਼ਰ ਬੈਠੇ ਨੇ ਜੀ ਆਇਆ ਸਰਦਾਰ ਹਰਜਿੰਦਰ ਸਿੰਘ ਜੀ ਲਧੀਆਂ ਸਾਹਿਬ ਮਾਨਯੋਗ ਐਕਸ ਐਸਜੀਪੀਸੀ ਮੈਂਬਰ ਹਾਜ਼ਰ ਹੋਏ ਨੇ ਸ਼੍ਰੀ ਦਿਵਿਆ ਜੋਤੀ ਸੰਸਥਾਨ ਨੂਰਮਹਿਲ ਵੱਲੋਂ ਵੀ ਔਰ ਸੱਜਣ ਆਏ ਨੇ ਸਮੂਹ ਬਾਲਮੀਕੀ ਸਭਾਵਾਂ ਨਕੋਦਰ ਤੋਂ ਹਾਜ਼ਰ ਹੋਈਆਂ ਨੇ ਇੱਕ ਬੜੀ ਪਿਆਰੀ ਹਸਤੀ ਸਾਡੀ ਮਾਨਯੋਗ ਜਿਹਨਾਂ ਨੂੰ ਜਾਣੇ ਪਛਾਣੇ ਨੇ ਸਾਡੇ ਪੱਤਰਕਾਰ ਸ਼੍ਰੀ ਜਤਿੰਦਰ ਪੰਨੂ ਜੀ ਬੜੇ ਬਹੁਤ ਵਧੀਆ ਵਿਚਾਰਕ ਨੇ ਸਤਿਗੁਰੂ ਦੀ ਬੜੀ ਉਹਨਾਂ 'ਤੇ ਕਿਰਪਾ ਹੈ ਉਹ ਵੀ ਸੰਗਤ ਵਿੱਚ ਹਾਜ਼ਰ ਬੈਠੇ ਨੇ ਸ਼੍ਰੀ ਸੁਖਵੰਤ ਸਿੰਘ ਜੀ ਪੱਡਾ ਹਲਕਾ ਕਪੂਰਥਲਾ ਤੋਂ ਹਾਜ਼ਰ ਹੋਏ ਨੇ ਸਰਦਾਰ ਜਸਵੀਰ ਸਿੰਘ ਜੀ ਉੱਪਲ ਸਾਬਕਾ ਜੈਮੈਨ ਸਾਹਿਬ ਹਾਜ਼ਰ ਹੋਏ ਨੇ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਸੰਗਤ 'ਚ ਆਏ ਨੇ ਹੁਣੇ ਹੁਣੇ ਸਤਿਕਾਰ ਦੇ ਨੇ ਜੀ ਆਇਆ ਆਖਦਾ ਸਰ ਹਰਭਜਨ ਸਿੰਘ ਜੀ ਬਿਰਦੀ ਯੂਕੇ ਤੋਂ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਜੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਿਲੌਰ ਤੋਂ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਰਦਾਰ ਜੈਕਿਸ਼ਨ ਸਿੰਘ ਜੀ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਹਾਜ਼ਰ ਹੋਏ ਨੇ ਜੀ ਆਇਆ ਆਖਦਾ ਸਤਿਕਾਰ ਦਿੰਦਾ ਸ਼੍ਰੀ ਬ੍ਰਹਮ ਸ਼ੰਕਰ ਜਗਪਾ ਜੀ ਹੁਸ਼ਿਆਰਪੁਰ ਤੋਂ
ਮਾਨਯੋਗ ਮੰਤਰੀ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ। ਸ਼੍ਰੀਮਤੀ ਬਲਜਿੰਦਰ ਕੌਰ ਜੀ ਮਾਨਯੋਗ MLA ਤਲਵੰਡੀ ਸਾਬੋ ਤੋਂ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ। ਜੀ ਆਇਆਂ ਆਖਦਾ ਮਾਨਯੋਗ ਸ਼੍ਰੀ ਰਜਨੀਸ਼ ਦਾਹੀਆ ਜੀ ਖਰੋਦਪੁਰ ਤੋਂ MLA ਸਾਹਿਬ ਹਾਜ਼ਰ ਹੋਏ ਨੇ, ਜੀ ਆਇਆਂ ਆਖਦਾ। ਧਰਮਕੋਟ ਤੋਂ ਸਤਵਿੰਦਰਜੀਤ ਸਿੰਘ ਜੀ ਲਾਡੀ ਟੌਸ ਹਾਜ਼ਰ ਹੋਏ ਨੇ, MLA ਸਾਹਿਬ ਜੀ ਆਇਆਂ ਆਖਦਾ। ਸਰਦਾਰ MLA ਗੁਰੂ ਹਰ ਸਾਹਿਬ ਤੋਂ ਸਰਦਾਰ ਫੌਜਾ ਸਿੰਘ ਮਿਸਰਾਰੀ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ, ਜੀ ਆਇਆਂ ਆਖਦਾ। ਸਤਨਾਮ ਸਿੰਘ ਜੀ ਚਾਨਾ ਬੜੇ ਸਤਿਕਾਰਯੋਗ ਪੱਤਰਕਾਰ ਨੇ, ਉਹ ਵੀ ਸੰਗਤ ਹਾਜ਼ਰ ਬੈਠੇ ਨੇ, ਜੀ ਆਇਆਂ ਆਖਦਾ। ਨਵਨੀਤ ਏਰੀ ਜੀ, ਵਿਜੇ ਪੋਪਲੀ ਜੀ, ਰਮੇਸ਼ ਸੋਢੀ ਜੀ, ਸੁਨੀਲ ਮਹਾਜਨ ਜੀ, ਅਮਰਜੀਤ ਸਿੰਘ ਜੀ ਸ਼ੇਰਪੁਰ, ਸਾਰੇ ਸਾਡੇ MC ਨੇ, ਬੜੇ ਸਤਿਕਾਰਯੋਗ ਨੇ। ਸ਼੍ਰੀਮਤੀ ਕ੍ਰਿਸ਼ਨਾ ਦੇਵੀ ਜੀ ਸੰਧੂ MC ਨੇ, ਸ਼੍ਰੀਮਤੀ ਸੁਮਨ ਸ਼ੇਖ ਜੀ MC ਨੇ, ਸ਼੍ਰੀ ਬਲਵੀਰ ਚੰਦ ਕੌਲਕਰ MC ਨੇ, ਸਾਰੇ ਹਾਜ਼ਰ ਹੋਏ ਨੇ, ਜੀ ਆਇਆਂ ਆਖਦਾ, ਸਤਿਕਾਰ ਦਿੰਦਾ। ਪ੍ਰੈਸ ਕਲੱਬ ਮੱਲੀਆਂ ਕਲਾਂ ਵੱਲੋਂ ਸ਼ੋਕ ਸੰਦੇਸ਼ ਆਇਆ। ਪੰਜਾਬ ਸੂਬਾ ਪ੍ਰਧਾਨ ਸ੍ਰੀ ਸੁਰਜੀਤ ਚੁੱਕ ਜੀ, ਪੱਤਰਕਾਰ ਜਗਬਾਣੀ, ਜਨਰਲ ਸਕੱਤਰ ਸ੍ਰੀ ਅਵਤਾਰ ਰਾਣਾ ਜੀ, ਪੱਤਰਕਾਰ ਪੰਜਾਬੀ ਜਾਗਰਣ। ਸ਼ੋਕ ਸੰਦੇਹ ਕੁਛ ਆਏ ਨੇ, ਜਿਹਨਾਂ ਵਿੱਚ ਬਾਰ ਐਸੋਸੀਏਸ਼ਨ ਨਕੋਦਰ, ਗਿਆਨ ਦਰਸ਼ਨ ਚੈਰੀਟੇਬਲ ਟਰੱਸਟ ਨਕੋਦਰ, ਲਾਇਨ ਕਲੱਬ ਨਕੋਦਰ, ਇਨੋਵੇਟਿਵ ਕਮੇਟੀ ਡਲਗਾ, ਸ੍ਰੀ ਜਗਦੰਬੇ ਧਾਮ ਨਕੋਦਰ, ਸਤ ਸੁਖਜਿੰਦਰ ਸਿੰਘ ਜੀ ਸੰਧੂ ਗੁਰਦੁਆਰਾ ਸਿੰਘ ਸਭਾ ਨਕੋਦਰ, ਸੰਗਤ ਅੱਡਾ ਮਹਿਤਪੁਰ ਨਕੋਦਰ, ਡੇਰਾ ਬਾਪੂ ਲਾਲ ਪਾਤਸ਼ਾਹ ਤੋਂ ਸਾਈ ਹੰਸ ਜੀ ਹੰਸ ਜੀ ਵੱਲੋਂ ਵੀ ਸ਼ੋਕ ਸੰਦੇਸ਼ ਆਇਆ। ਹੋਰ ਸ਼ੋਕ ਸੰਦੇਸ਼ ਆਏ ਨੇ, ਸ਼੍ਰੀ ਭਗਵੰਤ ਸਿੰਘ ਜੀ ਮਾਨਯੋਗ ਮੁੱਖ ਮੰਤਰੀ ਵੱਲੋਂ, ਪੰਜਾਬ ਸਰਕਾਰ ਵੱਲੋਂ ਆਇਆ ਸ਼ੋਕ ਸੰਦੇਸ਼। ਸ਼੍ਰੀ ਰੀਨਾ ਮਿੱਤਲ ਜੀ ਮੰਤਰੀ ਮਿਸ਼ੀਸਾਗਾ ਕੈਨੇਡਾ ਤੋਂ, ਉਹਨਾਂ ਦਾ ਸ਼ੋਕ ਸੰਦੇਸ਼ ਆਇਆ। ਸ਼੍ਰੀ ਰਵੀ ਸ਼ਰਮਾ ਜੀ ਰਿਟਾਇਰਡ ਪ੍ਰਿੰਸੀਪਲ DAV ਸਕੂਲ ਢੱਕਾ, ਉਹਨਾਂ ਵੱਲੋਂ ਸੰਦੇਸ਼ ਆਇਆ। ਸ਼੍ਰੀ ਅਮਿਤ ਵਿਜ ਜੀ BJP ਵੱਲੋਂ, ਸ਼੍ਰੀ ਵਿਵੇਕ ਦੀਪ ਜੀ BJP ਵੱਲੋਂ, ਸਰਦਾਰ ਸੁਖਵਿੰਦਰ ਸਿੰਘ ਜੀ ਦਾ ਨਾਵਾ OSP ਕਾਲਜ ਵੱਲੋਂ ਨਕੋਦਰ ਤੋਂ ਸੰਦੇਸ਼ ਆਇਆ। ਮਨਮੋਹਨ ਪਰਾਸ਼ਰ ਜੀ ਟੈਗੋਰ ਮਾਡਲ ਸਕੂਲ ਵੱਲੋਂ ਸ਼ੋਕ ਸੰਦੇਸ਼ ਆਇਆ। ਜਗਬਾਣੀ ਅਦਾਰੇ ਵੱਲੋਂ ਚੋਪੜਾ ਜੀ, ਅਵਨਾਸ਼ ਚੋਪੜਾ ਜੀ ਵੱਲੋਂ ਸ਼ੋਕ ਸੰਦੇਸ਼ ਆਇਆ। ਦਿਵਿਆ ਜੋਗੀ ਸੰਸਥਾਨ ਨੂਰਮੈਨ ਵੱਲੋਂ ਡਾਕਟਰ ਬੀਨਾ ਉਮਰ ਜੀ, ਵਿਜੇ ਪੌਪ ਜੀ MC ਗੋਪੀ ਕਲੱਬ ਰੋਟਰੀ ਕਲੱਬ ਨਕੋਦਰ ਵੱਲੋਂ, ਸਮੂਹ ਅਰੋੜਾ ਪਰਿਵਾਰ ਨਕੋਦਰ ਅਦਾਰਾ ਏਕਤਾ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਆਇਆ। ਸਾਰਿਆਂ ਲਈ ਸ਼ੁਕਰਗੁਜ਼ਾਰ ਹੈ ਜਿੰਨੇ ਵੀ ਸੰਗਤ ਤੁਸੀਂ ਆਏ ਹੋ। ਸ੍ਰੀ ਅਮਨ ਅਰੋੜਾ ਜੀ ਸੁਨਾਮ ਤੋਂ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ। ਸੁਖਿੰਦਰ ਸੁੱਖੂ ਜੀ ਹਾਜ਼ਰ ਹੋਏ ਨੇ, ਬੜੇ ਅਦਬ ਦੇ ਸਤਿਕਾਰ ਨਾਲ ਸਤਿਕਾਰ ਦਿੰਦਾ। ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤ ਵੱਲੋਂ, ਸਾਡੇ ਵਿੱਚ ਮਾਨਯੋਗ ਵਿੱਤ ਮੰਤਰੀ ਸਾਹਿਬ ਬੈਠੇ ਨੇ, ਸਰਦਾਰ ਗੋਪਾਲ ਸਿੰਘ ਜੀਮਾ ਪੰਜਾਬ ਸਰਕਾਰ ਵੱਲੋਂ, ਆਪਣੀ ਪਾਰਟੀ ਵੱਲੋਂ ਜਿੱਥੇ ਦੁੱਖ ਦਾ ਇਜ਼ਹਾਰ ਕਰਨਗੇ, ਤੁਹਾਡਾ ਸਭਨਾਂ ਦਾ ਧੰਨਵਾਦ ਵੀ ਕਰਨਗੇ। ਨਾਲ ਉਹ ਦੁੱਖ ਵਿੱਚ ਸ਼ਰੀਕ ਹੋਣ ਆਏ ਨੇ ਪਾਰਟੀ ਵੱਲੋਂ, ਔਰ ਸ਼੍ਰੀ ਕਰਮਜੀਤ ਸਿੰਘ ਜੀ ਘੁੰਮਣ ਸੂਆ ਵਿਧਾਇਕ ਹਾਜ਼ਰ ਹੋਏ ਨੇ, ਸਾਡੇ ਜਸਵੀਤ ਸਿੰਘ ਜੀ ਰਾਜਾ ਕਨੇਡਾ ਵਿਧਾਇਕ ਹਾਜ਼ਰ ਹੋਏ ਨੇ, ਸਤਿਕਾਰ ਦਿੰਦਾ। ਉਹਨਾਂ ਸਰਕਾਰ ਦੀਆਂ ਹਸਤੀਆਂ ਨੂੰ ਆਪਣੇ ਹੱਥ ਨਾਲ ਬੇਨਤੀ ਕਰਾਂਗਾ, ਸਰਦਾਰ ਗੋਪਾਲ ਸਿੰਘ ਚੀਮਾ ਜਿੱਥੇ ਪਰਿਵਾਰ ਵੱਲੋਂ ਤੁਹਾਡਾ ਸਭਨਾਂ ਦਾ ਧੰਨਵਾਦ ਕਰਨਗੇ, ਪਾਰਟੀ ਵੱਲੋਂ ਵੀ ਸਭਨਾਂ ਦਾ ਧੰਨਵਾਦ ਕਰਨਗੇ। ਔਰ ਸੁਖਬੀਰ ਪਿੰਡ ਵਿੱਚ ਖੇਤੀ ਕਰਦੀ ਹੈ ਅਤੇ ਉਹ ਵੀ ਅਸੀਂ ਵੇਖਣ ਜਾਣਾ। ਜਦੋਂ ਤੋਂ MLA ਬਣੇ ਨੇ, ਸਾਡੇ ਵਿਧਾਇਕ ਬਣੇ ਨੇ, ਬੜੇ ਸਤਿਕਾਰਕ ਕੰਮ ਕੀਤੇ ਨੇ, ਪਰ ਅੱਜ ਇੱਕ ਦੁੱਖ ਦਾ ਪਹਾੜ ਇਸ ਪਰਿਵਾਰ ਤੇ ਟੁੱਟਾ ਹੈ। ਸਤਿਗੁਰ ਰਹਿਮਤ ਕਰਨ, ਸਾਰੇ ਸਾਡੇ ਲਈ ਅਰਦਾਸ ਕਰਕੇ ਜਾਇਓ। ਮੈਂ ਬੇਨਤੀ ਕਰਾਂਗਾ ਸਰਦਾਰ ਗੋਪਾਲ ਸਿੰਘ ਚੀਮਾ ਸਾਹਿਬ, ਮਾਨਯੋਗ ਕੈਬਨਿਟ ਮੰਤਰੀ ਵਿੱਤ ਮੰਤਰੀ ਸਾਹਿਬ ਆਪਣੇ ਮੁਖਾਤਬ ਹੋਣਗੇ, ਸਭਨਾਂ ਦਾ ਧੰਨਵਾਦ ਵੀ ਕਰਨਗੇ। ਇਸ ਸੰਗਤ ਨੂੰ ਸਤਿਕਾਰ ਨਾਲ ਬੇਨਤੀ ਹੈ ਕਿ ਉਹਨਾਂ ਨੂੰ ਸਤਿਗੁਰ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ, ਸਭ ਤੋਂ ਪਹਿਲਾਂ ਬਲੌਕ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਹਿਬਾਨ, MLA ਸਾਹਿਬਾਨ, ਧਾਰਮਿਕ ਹਸਤੀਆਂ, ਮੈਂਬਰ ਪਾਰਲੀਮੈਂਟ ਸਾਹਿਬਾਨ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਸਮਾਜਿਕ ਪੰਚ ਸਰਪੰਚ ਸਾਹਿਬਾਨ ਔਰ ਪਰਿਵਾਰ ਦੇ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ, ਆਪਾਂ ਅੱਜ ਸਾਰੇ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ ਜਿਹੜੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਿਆ ਸੀ। ਸਰਦਾਰ ਸ਼ਰਨਜੀਤ ਸਿੰਘ ਦੀ ਮਾਂ ਥੋੜ੍ਹੇ ਦਿਨ ਪਹਿਲਾਂ ਜਦੋਂ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ ਔਰ ਸਾਡੀ ਭੈਣ ਇੰਦਰਜੀਤ ਕੌਰ ਮਾਨ, ਉਹਨਾਂ ਦੇ ਧਰਮ ਪਤਨੀ ਲਗਾਤਾਰ ਪ੍ਰਚਾਰ 'ਚ ਰੁੱਝੇ ਹੋਏ ਸੀ, ਲਗਾਤਾਰ ਮੈਂ ਸਮਝਦਾ ਸਾਡੀ ਪਾਰਟੀ ਦੇ ਲਈ ਕਨਵੈਂਸਿੰਗ ਕਰ ਰਹੇ ਸੀਗੇ। ਉਸੇ ਸਮੇਂ ਸਦਮਾ ਲੱਗਿਆ, ਬਹੁਤ ਦੁੱਖ ਭਰੀ ਖਬਰ ਆਈ ਕਿ ਉਹਨਾਂ ਦੇ ਪਤੀ ਸਰਦਾਰ ਸ਼ਰਨਜੀਤ ਸਿੰਘ ਦੀ ਮਾਂ ਇਸ ਦੁਨੀਆਂ ਤੋਂ ਚਲੇ ਗਏ। ਸੋ ਮੈਂ ਸਮਝਦਾ ਕਿ ਸਦਮਾ ਉਸ ਸਮੇਂ ਲੱਗਿਆ ਜਦੋਂ ਉਹ ਪੰਜਾਬ ਲਈ ਲੜ ਰਹੇ ਸੀ, ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਸੀ। ਜਿੰਨਾ ਮੈਂ ਪਰਿਵਾਰ ਬਾਰੇ ਜਾਣਦਾ ਜਾਂ ਸਰਦਾਰ ਸਰਨਜੀਤ ਸਿੰਘ ਮਾਨ ਜੀ ਬਾਰੇ ਜਾਣਦਾ, ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਸਾਡੀ ਭੈਣ ਨੂੰ। ਨਹੀਂ ਤਾਂ ਮੈਂ ਦੇਖਦਾ ਉਹਨਾਂ ਆਪਣੇ ਘਰਾਂ ਦੇ ਅੰਦਰ ਆਪਣਾ ਆਪਣਾ ਸਾਰੀਆਂ ਆਪਣੀ ਚਾਹੇ ਧਰਮ ਪਤਨੀ ਆ, ਚਾਹੇ ਭੈਣ ਆ, ਚਾਹੇ ਮਾਂ, ਉਹਨੂੰ ਸਰਪੰਚ ਬਣਨ ਤੋਂ, ਪੰਚ ਬਣਨ ਤੋਂ, ਕਿਸੇ ਵੀ ਰਾਜਸੀ ਐਕਟੀਵਿਟੀ 'ਚ ਭਾਗ ਲੈਣ ਤੋਂ ਹਮੇਸ਼ਾ ਰੁਕਦੇ ਰਹਿੰਦੇ ਆ ਕਿ ਨਹੀਂ। ਪਰ ਲੇਕਿਨ ਸਰਦਾਰ ਸ਼ਰਨਜੀਤ ਸਿੰਘ ਮਾਨ ਜੀ ਨੇ ਕਿਸ ਤਰ੍ਹਾਂ ਔਰਤ ਜਾਤੀ ਦੇ ਲਈ ਵੱਡਾ ਦਿਲ ਦਿਖਾਇਆ, ਆਪਣੀ ਧਰਮ ਪਤਨੀ ਨੂੰ ਉਸੇ ਸਮੇਂ ਪ੍ਰੇਰਿਤ ਕੀਤਾ ਕਿ ਪਿੰਡ ਦੇ ਸਰਪੰਚ ਬਣੋ, ਪੰਚਾਇਤ ਸਮਿਤੀ ਮੈਂਬਰ ਬਣੇ। ਅੱਜ ਮੈਂ ਸਮਝਦਾ ਚੇਤਕ ਉਹਨਾਂ ਨੇ ਲਾਈ ਕਿ ਰਾਜਨੀਤੀ ਦੇ ਅੰਦਰ ਆਪਣਾ ਹਿੱਸਾ ਪਾਓ, ਦੇਸ਼ ਦੀ ਸਮਾਜਿਕ ਵਿਵਸਥਾ ਬਦਲਣ ਦੇ ਲਈ ਆਪਣਾ ਹਿੱਸਾ ਪਾਓ, ਸਰਕਾਰ ਦੇ ਅੰਦਰ ਰੋਲ ਲਵਾਓ। ਅੱਜ ਉਸ ਤੋਂ ਬਾਅਦ ਹੌਲੀ ਹੌਲੀ ਹੁੰਦੇ ਹੁੰਦੇ ਇੰਦਰਜੀਤ ਕੌਰ ਮਾਨ ਜੀ, ਮੈਂ ਸਮਝਦਾ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਬਣੇ, MLA ਬਣੇ, ਹਲਕਾ ਨਕੋਦਰ ਦੇ ਵਿਧਾਇਕ ਬਣੇ। ਇਹ ਸਾਰਾ ਕੁਛ ਸਾਡੇ ਭਰਾ ਸਰਨਜੀਤ ਸਿੰਘ ਮਾਨ ਜੀ ਦੀ ਦੌਲਤ ਆ ਕਿ ਉਹਨਾਂ ਨੇ ਹਮੇਸ਼ਾ ਹੀ, ਚਾਹੇ ਬਾਹਰ ਰਹਿੰਦੇ ਰਹੇ ਲੰਬਾ ਅਰਸਾ, ਉਹਨਾਂ ਨੇ ਬਾਹਰ ਦੇਸ਼ ਵਿੱਚ ਰਹਿ ਕੇ ਸੇਵਾ ਕੀਤੀ, ਪਰ ਲੇਕਿਨ ਆਪਣੀ ਧਰਮ ਪਤਨੀ ਨੂੰ ਹਮੇਸ਼ਾ ਹੀ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਆਪਣੇ ਇਲਾਕੇ ਦੀ ਸੇਵਾ ਕਰੋ, ਪਰਿਵਾਰ ਨੂੰ ਅੱਗੇ ਲੈ ਕੇ ਜਾਓ। ਜਿਸ ਤਰ੍ਹਾਂ ਸੈਕਟਰੀ ਸਾਹਿਬ ਦੱਸ ਰਹੇ ਸੀਗੇ ਕਿ ਸਾਡੀ ਭੈਣ ਨੇ ਲਗਭਗ 40 ਸਾਲ ਆਪਣੇ ਹੱਥੀਂ ਖੇਤੀ ਕੀਤੀ ਔਰ ਖੇਤੀ ਦਾ ਮਾਡਲ ਲੋਕਾਂ ਨੂੰ ਦਿਖਾਇਆ। ਇਹ ਵੱਡੀਆਂ ਗੱਲਾਂ ਨੇਗੀਆਂ, ਤਾਂ ਸੰਭਵ ਹੋ ਸਕਦੀਆਂ ਨੇ ਜੇਕਰ ਤੁਹਾਡਾ ਜੀਵਨ ਸਾਥੀ ਜਿਹੜਾ ਉਹ ਤੁਹਾਨੂੰ ਚੰਗੀ ਤਰ੍ਹਾਂ ਸਹਿਯੋਗ ਕਰਦਾ ਗਾ, ਚੰਗੀ ਤਰ੍ਹਾਂ ਤੁਹਾਡਾ ਮਾਰਗਦਰਸ਼ਨ ਬਣ ਕੇ ਚੱਲਦਾ ਗਾ, ਤੁਹਾਡਾ ਦੋਸਤ ਬਣ ਕੇ ਚੱਲਦਾ ਗਾ, ਇਹ ਤਾਂ ਹੀ ਸੰਭਵ ਹੋ ਸਕਿਆ ਗਾ। ਮੈਂ ਸਮਝਦਾ ਇਹ ਵੱਡਾ ਜੋ ਰੁਤਬਾ ਸਾਡੀ ਭੈਣ ਨੂੰ ਮਿਲਿਆ, ਸਾਰਾ ਦਾ ਸਿਹਰਾ ਜਿਹੜਾ ਸਾਡੇ ਭਰਾ ਸ਼ਰਨਜੀਤ ਸਿੰਘ ਮਾਨ ਨੂੰ ਚਲਿਆ ਜਾਂਦਾ ਗਾ। ਪਰ ਲੇਕਿਨ ਅੱਜ ਇਸ ਦੁਨੀਆਂ ਤੇ ਨਹੀਂ ਰਹੇ, ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਵਿਛੋੜਾ ਗਾ, ਦੋਸਤਾਂ ਮਿੱਤਰਾਂ ਨੂੰ ਬਹੁਤ ਵੱਡਾ ਵਿਛੋੜਾ ਗਾ, ਉੱਥੇ ਸਾਨੂੰ ਦੂਜੀ ਤੌਰ ਤੇ ਬਹੁਤ ਵੱਡਾ ਵਿਛੋੜਾ ਗਾ। ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਉਣਾ ਸੀਗਾ, ਕੁਛ ਰਜੇਵੀ ਜ਼ਰੂਰੀ ਰਜੇਵਿਆਂ ਕਰਕੇ ਨਹੀਂ ਆ ਸਕੇ। ਸੋ ਮੈਂ ਸਾਡੇ ਸਾਰੇ ਕੈਬਨਿਟ ਦੇ ਕਲੀਗ ਸਾਥੀਆਂ ਵੱਲੋਂ, ਸਾਰੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਸਾਹਿਬਾਨ ਵੱਲੋਂ, ਮੈਂਬਰ ਪਾਰਲੀਮੈਂਟ, ਸਿੱਚਿਆਲ ਸਾਹਿਬ ਬੈਠੇ ਨੇ, ਵਾਤਾਵਰਨ ਪ੍ਰੇਮੀ ਸਾਰੇ MP ਸਾਹਿਬਾਨ ਵੱਲੋਂ, ਸਾਰਿਆਂ ਵੱਲੋਂ ਸਾਰੀ ਸੰਗਤ ਦਾ ਇੱਥੇ ਧੰਨਵਾਦ ਕਰਦਾਂਗਾ। ਉੱਥੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂਗੇ, ਗੁਰੂ ਮਹਾਰਾਜ ਸਰਦਾਰ ਸਰਨਜੀਤ ਸਿੰਘ ਮਾਨ ਜੀ ਨੂੰ ਆਪਣੇ ਚਰਨਾਂ 'ਚ ਬਰਾਜਮਾਨ ਰੱਖਣ ਔਰ ਸਾਡੀ ਭੈਣ ਇੰਦਰਜੀਤ ਕੌਰ ਮਾਨ ਜੀ ਨੂੰ
ਉਹਨਾਂ ਦੇ ਸਪੁੱਤਰ ਇੰਦਰਜੀਤ ਸਿੰਘ ਮਾਨ ਜੀ ਨੂੰ ਉਸੇ ਤਰ੍ਹਾਂ, ਅਮਨਦੀਪ ਸਿੰਘ ਮਾਨ ਜੀ ਨੂੰ ਉਸੇ ਤਰ੍ਹਾਂ ਮੈਂ ਸਮਝਦਾ, ਜੋ ਜਿਸ ਤਰ੍ਹਾਂ ਪ੍ਰੇਰਨਾ ਸਾਡੇ ਭਰਾ ਨੇ ਦਿੱਤੀ ਸੀਗੀ ਕਿ ਸਮਾਜ ਦੇ ਕੰਮ ਆਓ, ਲੋਕਾਂ ਦੇ ਕੰਮ ਆਓ, ਉਹ ਬਲ ਜਿਹੜਾ ਉਸੇ ਤਰ੍ਹਾਂ ਬਖਸ਼ੇ, ਇਹ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ। ਔਰ ਮੈਂ ਪਰਿਵਾਰ ਵੱਲੋਂ, ਸਾਡੀ ਭੈਣ ਵੱਲੋਂ, ਸਮੁੱਚੇ ਪਰਿਵਾਰ ਵੱਲੋਂ, ਸਾਰੇ ਸਾਥੀਆਂ ਦਾ, ਜਿੰਨੇ ਵੀ ਤੁਸੀਂ ਆਏ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਹੀ ਦਿਲ ਦੀਆਂ ਕਮੀਆਂ ਤੋਂ ਧੰਨਵਾਦ ਕਰਦਾ। ਗੁਰੂ ਘਰ ਲੰਗਰ ਸਾਰੀ ਸੰਗਤ ਤੋਂ ਬੜੇ ਆਦਰ ਦੇ ਨਾਲ ਬੇਨਤੀ ਹੈ, ਛੱਕ ਕੇ ਜਾਣਾ। ਪਹਿਲਾਂ ਲੋਕ ਸੇਵਾ ਵਿੱਚ ਵੀ ਜੁੜੇ ਹੋਏ, ਪਰ ਘਰ ਦੇ ਮੁਖੀ ਦਾ ਹੋਣਾ, ਮਾਂ ਬਾਪ ਦਾ ਹੋਣਾ, ਔਰਤ ਵਾਸਤੇ ਪਤੀ ਦਾ ਹੋਣਾ ਬਹੁਤ ਵੱਡੀ ਗੱਲ ਪਿਆ ਕਰਦੀ ਹੈ। ਉਹਨਾਂ ਦਾ ਵਿਛੋੜਾ ਨਾ ਚੱਲਣ ਯੋਗਾ, ਮੈਂ ਇਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ। ਵਾਹਿਗੁਰੂ ਕੇ ਸਾਰਿਆਂ ਨੇ ਆਪਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਾਸਤੇ ਵਿੱਚ ਪਿੱਛੇ ਸਾਰਿਆਂ ਨੂੰ ਪੜ੍ਹ। ਅੱਜ ਅਸੀਂ ਸਾਰੇ ਸ਼ਰਨਜੀਤ ਸਿੰਘ ਮਾਨ ਹੋਰਾਂ ਨੂੰ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹਾਂ, ਪਿੰਡ ਬੀਰ ਹਲਕਾ ਨਕੋਦਰ, ਜਿੱਥੇ ਸਾਡੇ ਬਹੁਤ ਸਤਿਕਾਰਯੋਗ MLA ਸਾਹਿਬ ਮੈਡਮ ਇੰਦਰਜੀਤ ਕੌਰ ਮਾਨ, ਜਿਨ੍ਹਾਂ ਦੇ ਹਸਬੈਂਡ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਔਰ ਬਹੁਤ ਅਫਸੋਸ ਹੈ ਇਸ ਗੱਲ ਦਾ। ਪਰ ਇੱਕ ਗੱਲ ਦੀ ਜਿਹੜੀ ਮਨ ਨੂੰ ਤਸੱਲੀ ਬਹੁਤ ਹੈ ਕਿ ਉਹ ਸ਼ਖਸ, ਉਹ ਇਨਸਾਨ, ਉਹ ਸ਼ਖਸੀਅਤ ਸ਼ਰਨਜੀਤ ਸਿੰਘ ਮਾਨ ਜੀ ਨੇ ਆਪਣੇ ਧਰਮ ਪਤਨੀ ਨੂੰ, ਆਪਣੇ ਬੇਟੇ ਨੂੰ, ਖਾਸ ਕਰਕੇ ਆਪਣੀ ਧਰਮ ਪਤਨੀ ਨੂੰ ਇਸ ਸਮਾਜ ਦੇ ਵਿੱਚ, ਇਸ ਪੰਜਾਬ ਦੇ ਵਿੱਚ ਇੱਕ ਉਹਨਾਂ ਦਾ ਰੁਤਬਾ ਬਹਾਲ ਰੱਖਿਆ, ਉਹਨਾਂ ਨੂੰ ਸਿਆਸਤ ਦੇ ਵਿੱਚ ਅੱਗੇ ਲੈ ਕੇ, ਉਹਨਾਂ ਨੂੰ ਸਰਪੰਚੀ ਕਰਨ ਦਾ ਮੌਕਾ ਮਿਲਿਆ, ਉਹਨਾਂ ਨੂੰ MLA ਬਣਾਇਆ। ਅਤੇ ਔਰ ਸਭ ਤੋਂ ਵੱਡੀ ਗੱਲ ਕਿ ਉਸ ਔਰਤ ਵਾਸਤੇ ਕਿ ਜਿਹਨੇ ਮਤਲਬ ਇੱਕ ਦ੍ਰਿੜ ਇਰਾਦੇ ਦੇ ਨਾਲ, ਕਹਿੰਦੇ ਦੱਸਣ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਖੇਤੀ ਵੀ ਆਪ ਕਰਦੇ ਨੇ। ਸੋ ਬਹੁਤ ਮਾਣ ਵਾਲੀ ਗੱਲ ਹੈ ਕਿ ਜੇ ਸਾਡੀਆਂ ਲੇਡੀਜ਼ ਪੰਜਾਬ ਵਰਗੇ ਸੂਬੇ ਦੇ ਵਿੱਚ ਇਸ ਤਰੀਕੇ ਨਾਲ ਪਰਫੋਰਮ ਕਰਦੀਆਂ ਨੇ। ਪਰ ਅੱਜ ਬਹੁਤ ਅਫਸੋਸ ਆ ਕਿਉਂਕਿ ਉਹਨਾਂ ਦੇ ਪਤੀ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਸ਼ਰਨਜੀਤ ਸਿੰਘ ਮਾਨ, ਜਿਨ੍ਹਾਂ ਦੇ ਚਲੇ ਜਾਣ ਦੇ ਨਾਲ ਮੈਂ ਕਹੂੰਗੀ ਕਿ ਬਹੁਤ ਵੱਡਾ ਘਾਟਾ ਉਸ ਪਰਿਵਾਰ ਨੂੰ ਪਿਆ, ਖਾਸ ਕਰਕੇ ਬੇਟੇ ਅਮਨਦੀਪ ਨੂੰ, ਜਿਹਨੂੰ ਉਹ ਆਪਣੇ ਫਾਦਰ ਜਿਹੜੇ ਉਹ ਨਹੀਂ ਲੱਭਣੇ। ਪਰ ਮਾਲਕ ਅੱਗੇ ਅਰਦਾਸ ਕਰਦੇ ਹਾਂ, ਅੱਜ ਸਾਰੀ ਕੈਬਨਿਟ ਇੱਥੇ ਪਹੁੰਚੀ ਸੀ, ਸਾਰੇ ਸਾਡੇ MLA ਸਾਹਿਬਾਨ ਪਹੁੰਚੇ ਸੀਗੇ, ਸੋ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਥੈਂਕ ਯੂ।